ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਵੀਡੀਓ ਵੇਖ ਰਿਹਾ ਸੀਗਾ, ਇਹ ਬਾਬੇ ਦੀ ਸਾਧ ਦੀ ਬੂਬ ਨੇ ਸਾਧ ਦੀ, ਅਤੇ ਇਹ ਵੀਡੀਓ ਦੇ ਵਿੱਚ ਬੋਲ ਰਿਹਾ ਸੀਗਾ ਗੁਰੂ ਨਾਨਕ ਪਾਤਸ਼ਾਹ ਬਦਲੇ, ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਦਲੇ, ਵੀ ਜੇ ਹਿੰਦੂ ਸਾਨੂੰ ਪੁੱਛਣਗੇ ਤੇ ਹਿੰਦੂ ਤੇ ਸਾਨੂੰ ਕਹਿਣਗੇ ਸਾਡਾ ਬਾਬਾ ਤੇ ਵੱਡਾ, ਉਹ ਪਹਾੜ ਚੁੱਕ ਲਿਆ। ਹਾਂਜੀ, ਪਹਿਲਾਂ ਤੇ ਇਹ ਆ ਵੀ ਉਹ ਪਹਾੜ ਚੁੱਕੇ ਵਾਲਾ ਵੀ ਉਹ ਵੀ ਉਹਨਾਂ ਲਈ ਸੱਚ ਆ, ਉਹਨਾਂ ਲਈ ਸੱਚ ਆ, ਇਹ ਸਾਡੇ ਲਈ ਸੱਚ ਆ। ਦੂਸਰੀ ਗੱਲ ਇਹ ਆ, ਅੱਜ ਤੱਕ ਕਿਹੜਾ ਹਿੰਦੂ ਆਇਆ ਵਾ ਤੈਨੂੰ ਪੁੱਛਣ ਪਹਿਲਾਂ ਤੇ ਇਹ ਦੱਸ। ਫਿਰ ਕਹਿੰਦਾ ਜੀ ਕੋਈ ਗੋਰਾ ਆਊਗਾ, ਕੋਈ ਗੋਰਾ ਆਣ ਕੇ ਪੁੱਛੂਗਾ ਵੀ ਇਹ ਤੁਹਾਡੇ ਨਾਲੋਂ ਤੇ ਇਹ ਬਾਬਾ ਵੱਡਾ ਆ। ਹਾਂਜੀ, ਹੁਣ ਇਸ ਬੇਵਕੂਫ ਬੰਦੇ ਦੀ ਔਲਾਦ ਨੂੰ ਪੁੱਛੇ ਵੀ ਉਹ ਮੂਰਖਾ, ਪਹਿਲੀ ਗੱਲ ਤੇ ਗੋਰਿਆਂ ਦੇ ਵਿੱਚ ਗੋਰੇ ਆਪ ਹੀ ਕਹਿੰਦੇ ਆ ਵੀ ਜਿੱਦਣ ਜੀਜਸ ਨੇ ਆਉਣਾ ਆ ਉਦਣ ਉਹਨੇ ਕਬਰਾਂ ਦੇ ਵਿੱਚੋਂ ਜਿਹੜੇ ਮਰੇ ਮੁੜਦੇ ਆ ਉਹ ਠਲਣੇ ਆਣਗੇ। ਹਾਂਜੀ, ਹੁਣ ਇਹਨੂੰ ਬੇਵਕੂਫ ਦੀ ਪੰਡ ਨੂੰ ਬੰਦਾ ਪੁੱਛੇ ਵੀ ਦੁਨੀਆਂ ਨੂੰ ਤੇ ਅੱਗੇ ਰਹਿਣ ਨੂੰ ਥਾਂ ਨਹੀਂ ਆ, ਤੇ ਉਹ ਜਿਹੜੇ ਮੁੜਦੇ ਲਿਆ ਕੇ ਰੱਖਣੇ ਕਿੱਥੇ ਆ। ਹਾਂਜੀ, ਉਹ ਮੁੜਦੇ ਕਿਹੜੇ ਤਰੀਕੇ ਨਾਲ ਆਉਣਗੇ, ਕਿੱਥੇ ਰਹਿਣਗੇ? ਆਪਣੇ ਆਪਾਂ ਪੰਜਾਬ ਦੇ ਵਿੱਚੋਂ ਆ ਜ਼ਿਆਦਾ ਲੋਕ, ਕੁਛ ਹੋਰ ਵੀ ਸਟੇਟਾਂ ਦੇ ਵਿੱਚੋਂ ਆ, ਕਿੰਨੀ ਕੁ ਜਗ੍ਹਾ ਆ ਲੋਕਾਂ ਨੂੰ ਰਹਿਣ ਨੂੰ? ਪੰਜ ਮਰਲੇ ਦਾ ਘਰ ਹੁੰਦਾ ਆ ਤੇ ਮੁੜ ਕੇ ਦੋ ਭਰਾ ਉਹਦੇ ਵਿੱਚੋਂ ਵੀ ਲੜਦੇ ਰਹਿੰਦੇ, ਉਹ ਕਹਿੰਦਾ ਮੈਂ ਰੱਖਣਾ, ਉਹ ਕਹਿੰਦਾ ਮੈਂ ਰੱਖਣਾ, ਤੇ ਮੁੜ ਕੇ ਜਦੋਂ ਮੁੜਦੇ ਉੱਠ ਗਏ ਉਹਨਾਂ ਨੂੰ ਰੱਖਣਾ ਕਿੱਥੇ ਆ? ਕਦੀ ਕਿਸੇ ਨੇ ਕਿਹਾ ਤੇ ਨਹੀਂ ਆ ਵੀ ਜਿਹੜਾ ਜੀਜਸ ਬੋਲਦਾ ਆ ਉਹ ਗਲਤ ਆ। ਦੂਸਰੀ ਗੱਲ ਇਹ ਆ, ਗੋਰਿਆਂ ਕੋਲ ਇੰਨਾ ਟਾਈਮ ਨਹੀਂ ਆ ਤੇਰੇ ਵਰਗੇ ਬੇਵਕੂਫੂ ਆਣ ਕੇ ਪੁੱਛਣ। ਤੇਰੇ ਵਰਗਾ ਸਿਰੇ ਦਾ ਗੁਰੂ ਦੇ ਘਰੋਂ ਖਾ ਕੇ, ਗੁਰੂ ਦੇ ਘਰੋਂ ਆਪਣੀ ਜ਼ਮੀਨ ਜਾਇਦਾਦ ਬਣਾ ਕੇ, ਹੁਣ ਗੁਰੂ ਦੇ ਘਰ ਦੇ ਖਿਲਾਫ ਉਹ ਕੁੱਤੇ ਵਰਗੂ ਭੌਂਕਦਾ, ਕੁੱਤੇ ਵਰਗੂ ਭੌਂਕਦਾ, ਛੱਡ ਗੱਲਾਂ ਦੇ। ਅੱਛਾ, ਇਸ ਤੋਂ ਅੱਗੇ ਹੋਰ ਚਲੋ, ਤੂੰ ਕਹਿੰਦਾ ਵੀ ਉਹ ਜਿਹੜਾ ਪੰਜਾ ਲਾ ਕੇ ਤੇ ਪੱਥਰ ਨਹੀਂ ਡੱਕਿਆ, ਦੋਬੜੀ ਘਾਟ ਆ ਅਸਾਮ ਦੇ ਵਿੱਚ, ਉੱਥੇ ਉਹ ਜਿਹੜੀ ਜਾਦੂਗਰਨੀਆਂ ਸੀ ਨਾ ਉਹਨਾਂ ਨੇ ਬੜੀਆਂ ਤਗੜੀਆਂ ਤਗੜੀਆਂ ਸਿਲਾ ਸੁੱਟੀਆਂ ਸੀ, ਅੱਜ ਵੀ ਉਹ ਸਿਲਾ ਹੈਗੀਆਂ ਸੀ ਉੱਥੇ ਜ਼ਮੀਨ ਦੇ ਵਿੱਚ, ਜਾ ਕੇ ਅੰਨਿਆ ਅੱਖਾਂ ਵਾਲਾ ਤੂੰ ਅੰਨਾ ਆ, ਤੈਨੂੰ ਅੱਖਾਂ ਹੈਗੀਆਂ ਪਰ ਤੂੰ ਹੈਗਾ ਅੰਨਾ ਆ, ਕਿਉਂਕਿ ਹੁਣ ਪਰਮੇਸ਼ਰ ਦੁਆਰ ਤੋਂ ਪੰਜਾਬ ਤੋਂ ਬਾਹਰ ਤੇ ਤੂੰ ਕਿਤੇ ਜਾ ਨਹੀਂ ਸਕਦਾ, ਤੇ ਜਾ ਕੇ ਉੱਥੇ 22 ਲੱਖ ਰੁਪਈਆ ਅੰਡੋਮਾਨ ਨਿਕੋਬਾਰ ਦੇ ਵਿੱਚ ਖਰਚ ਕੇ ਤੇ ਤੂੰ ਆਇਆ, ਤੇ ਉੱਥੇ ਵੀ ਚੱਲ ਜਾ ਮਾੜਾ ਜਾ, ਮਰ ਜਾ ਉੱਥੇ ਜਾ ਕੇ, ਉੱਥੇ ਜਾ ਕੇ ਵੇਖ 5.5 ਫੁੱਟ ਤੇਰਾ ਕੱਦ ਆ, ਤੇਰੇ ਕੱਦ ਨਾਲੋਂ ਦੂਣੀਆਂ ਉਹਨਾਂ ਨੇ ਸਿਲਾ ਚੁੱਕ ਚੁੱਕ ਕੇ ਮਹਾਰਾਜ ਵੱਲ ਸੁੱਟੀਆਂ ਏ, ਗੁਰੂ ਤੇਗ ਬਹਾਦਰ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲ। ਹਾਂ, ਜੇ ਉਹ ਜਾਦੂ ਟੂਣੇ ਵਾਲੀਆਂ ਸੁੱਟ ਸਕਦੀਆਂ, ਆਪ ਨਾਰਾਇਣ ਕਲਾ ਧਾਰ ਜਗਮੇ ਪਰਵਰਿਓ, ਨਾਰਾਇਣ ਇੱਕ ਪੱਥਰ ਕਿਉਂ ਨਹੀਂ ਡੱਕ ਸਕਦਾ? ਜੇ ਉਹ ਸਿਲਾ ਸੁੱਟ ਸਕਦੀਆਂ ਵਾਂ
ਜੇ ਉਹ ਜਾਦੂਗਰਨੀਆਂ ਸਿਲਾ ਸੁੱਟ ਸਕਦੀਆਂ ਵਾ ਸਰਬ ਕਲਾ ਸੰਪੂਰਨ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਾਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਇਹ ਕਿਉਂ ਨਹੀਂ ਡੱਕ ਸਕਦੇ ਮੈਨੂੰ ਦੱਸ। ਪੱਥਰ ਪੱਥਰ ਤਾਂ ਮਾਮੂਲੀ ਗੱਲ ਆ, ਮਹਾਰਾਜ ਚਾਹੁਣ ਤਾਂ ਧਰਤੀ ਨੂੰ ਉਲਟਾ ਧਰਤੀ ਨੂੰ ਪਲਟਾ ਕੇ ਪਰਾਂ ਮਾਰਨ। ਆਪਣੇ ਗੁਰੂ ਦੇ ਉੱਤੇ ਨਿਸ਼ਚਾ ਹੋਣਾ ਚਾਹੀਦਾ ਆ। ਮੂਰਖਾ, ਨਿਸ਼ਚਾ ਤੈਨੂੰ ਹੈ ਨਹੀਂ, ਪਹਿਲਾਂ ਵੀ ਤੈਨੂੰ ਨਿਸ਼ਚਾ ਨਹੀਂ, ਬਸ ਉਹ ਤੂੰ ਪੈਸੇ ਇਕੱਠੇ ਕਰਨ ਨੂੰ ਆਇਆ ਸੀ, ਮਾਇਆ ਧਾਰੀ ਅਤੰਨਾ ਬੋਲਾ, ਉਹ ਹਿਸਾਬ ਹੀ ਤੇਰਾ। ਹੁਣ ਵੀ ਤੇਰਾ ਇਹੋ ਹੀ ਕੰਮ ਆ, ਪਹਿਲਾਂ ਕੀ ਸੁਣਾਇਆ ਸੀ ਜਿਹੜਾ ਲੋਕ ਕਹਿੰਦੇ। ਕਈ ਵਾਰ ਸਾਡੇ ਸੱਜਣ ਮਿੱਤਰ ਵੀ ਕਹਿਣ ਡੈ ਪੈਂਦੇ, ਨਹੀਂ ਪਹਿਲਾਂ ਪ੍ਰਚਾਰ ਇਹ ਬੜਾ ਵਧੀਆ ਕਰਦਾ ਸੀ। ਮੈਂ ਕਹਿੰਦਾ ਵੀ ਪਹਿਲਾਂ ਵੀ ਇਹਨੇ ਕਿਹੜਾ ਪ੍ਰਚਾਰ ਕੀਤਾ ਦੱਸੋ ਮੈਨੂੰ। ਪੈਸੇ ਇਕੱਠੇ ਕਰਨ ਤੋਂ ਇਲਾਵਾ ਕੀਤਾ ਕੀ ਇਹਨੇ? ਕਦੀ ਇਹਨੂੰ ਆਪਣਾ ਕੈਂਸਰ ਦਾ ਬਹਾਨਾ ਮਿਲ ਗਿਆ, ਕਦੀ ਭੁਪਿੰਦਰ ਸਿੰਘ ਦਾ ਬਹਾਨਾ ਮਿਲ ਗਿਆ, ਕਦੀ ਕਿਸੇ ਦਾ ਬਹਾਨਾ, ਕਦੀ ਕਿਸੇ ਦਾ ਬਹਾਨਾ, ਕਦੀ ਟੈਂਕੀ ਦਾ ਬਹਾਨਾ ਹੈਂ, ਅਤੇ ਕਦੀ ਤੂੜੀ ਦਾ ਬਹਾਨਾ। ਅਤੇ ਜੇ ਕੋਈ ਸਾਧੂ ਮਹਾਂਪੁਰਸ਼ ਲੰਗਰ ਲਾਉਂਦਾ ਆ ਤਾਂ ਲੋਕ ਲੰਗਰ ਲਾਉਣੇ ਬੰਦ ਕਰੋ ਅਤੇ ਹਸਪਤਾਲ ਬਣਾਓ, ਉਹ ਤੁਸੀਂ ਪਹਿਲਾਂ ਹੀ ਬਿਮਾਰੀਆਂ ਵੱਲ ਭੱਜੇ ਫਿਰਦੇ ਜੇ। ਉਹ ਸ਼ਰਮ ਨੂੰ ਹੱਥ ਮਾਰੋ, ਉਹ ਜੋ ਦੱਸਣਾ ਆ। ਅੱਛਾ, ਫਿਰ ਬੜੀਆਂ ਗੱਲਾਂ ਤਾਂ ਬਥੇਰੀਆਂ ਕਰਨ ਵਾਲੀਆਂ ਵਾਂ, ਪਰ ਫਿਰ ਵੀ ਆਖੀਦਾ ਵੀ ਚਲੋ ਇਹਨੂੰ ਪਹਿਲਾਂ ਵੀ ਇਹਦੀ ਰੋਟੀ ਜੋ ਰੋਜ਼ੀ ਰੋਟੀ ਚੱਲਦੀ ਚੱਲ ਲੈਣ ਦਿਓ। ਕਹਿੰਦਾ ਜੀ ਚੇਤਾ ਕਰਨਾ ਹੀ ਸਿਮਰਨ ਹੈ। ਹੁਣ ਮਹਾਰਾਜ ਦੀ ਬਾਣੀ ਭਗਤ ਕਬੀਰ ਜੀ ਕਹਿੰਦੇ ਆ ਵੀ ਸੁਪਨੇ ਹੂੰ ਬਰੜਾਏ ਕੇ ਜੇ ਮੁੱਖ ਨਿਕਸੇ ਰਾਮ। ਇਹਦਾ ਕੀ ਅਰਥ ਕਰੋਗੇ? ਉਹ ਸੁਪਨੇ ਦੇ ਵਿੱਚ ਕਾਹਦਾ ਚੇਤਾ ਕਰਦਾ ਸੀ? ਹਾਂਜੀ, ਅੱਛਾ, ਸੁਪਨੇ ਹੂੰ ਬਰੜਾਏ ਕੇ ਜੇ ਮੁੱਖ ਨਿਕਸੇ ਰਾਮ, ਤਾਂ ਕਿ ਪੱਕੀ ਪਾਹਣੀ ਮੇਰੇ ਤਨ ਕੋ ਚਾਮ। ਉਹ ਸੁਪਨੇ ਦੇ ਵਿੱਚ ਕਾਹਦਾ ਚੇਤਾ ਰਹਿਣਾ? ਅੱਛਾ, ਫਿਰ ਇਸ ਤੋਂ ਅੱਗੇ ਚਲੋ। ਧਾਰਮਿਕ ਦੁਨੀਆਂ ਦੇ ਵਿੱਚ ਬੜਾ ਕੁਛ ਹੁੰਦਾ ਆ, ਪਹਿਲੀ ਗੱਲ ਤਾਂ ਇਹ ਆ, ਅਤੇ ਇਹ ਇਸ ਤੋਂ ਇਲਾਵਾ ਵੀ ਜਿਹੜੇ ਤਾਂਤਰਿਕ ਲੋਕ ਆ ਉਹਨਾਂ ਦੀ ਦੁਨੀਆਂ ਦੇ ਵਿੱਚ ਵੀ ਬੜਾ ਕੁਛ ਹੁੰਦਾ। ਇੱਕ ਜੇ ਤੁਹਾਨੂੰ ਕਿਸੇ ਕੋਲ ਇੰਟਰਨੈਟ ਕੇਕੋ ਹੈਗਾ ਆ ਮਾੜਾ ਮੋਟਾ, ਉਹ ਪਾ ਕੇ ਵੇਖ ਲਿਓ ਯੂਟਿਊਬ ਦੇ ਉੱਤੇ ਅਘੋਰੀ ਬਾਬੇ, ਅਘੋਰੀ ਬਾਬਾ, ਉਹ ਤੁਹਾਨੂੰ ਉੱਥੇ ਪਤਾ ਲੱਗ ਜੂਗਾ ਵੀ ਵਾਰਾਣਸੀ ਦੇ ਵਿੱਚ ਜਾਂ ਉਹ ਜਿੱਥੇ ਵੀ ਇਹਨਾਂ ਦੇ ਹੈਗੇ ਆ ਬਦਰੀਨਾਥ ਜਾਂ ਜਿੱਥੇ ਵੀ ਉਹ ਸਾਧੂ ਰਹਿੰਦੇ ਆ ਉਹ ਕੀ ਕਰਦੇ ਆ, ਮੁਰਦੇ ਦਾ ਮਾਸ ਖਾਂਦੇ ਕਿ ਨਹੀਂ ਖਾਂਦੇ, ਅਤੇ ਉਹਨਾਂ ਕੋਲ ਰਿੱਧੀਆਂ ਸਿੱਧੀਆਂ ਹੈਗੀਆਂ ਕਿ ਨਹੀਂ ਹੈਗੀਆਂ। ਹੈਂ, ਜਦੋਂ ਤੱਕ ਇਹ ਮੈਂ ਨਹੀਂ ਕਹਿ ਰਿਹਾ, ਗੋਰਿਆਂ ਨੇ ਵੀਡੀਓ ਬਣਾਈਆਂ ਤੇਰੇ ਪਿਓਾਂ ਨੇ ਜਿਹੜੇ ਤੇਰੇ ਘਰ ਹੁੰਦੇ ਰਹੀ ਹੋ। ਹਾਂ, ਇਹ ਨਾ ਕਹੇਗੀ ਵੀ ਇਹ ਜੀ ਆਪਣੇ ਮਨੋਕਲਪਤ ਗੱਲਾਂ ਕਰੀ ਜਾਂਦਾ, ਗੋਰਿਆਂ ਨੇ ਵੀਡੀਓ ਪਾ ਕੇ ਬਣਾ ਕੇ ਤੇ ਯੂਟਿਊਬ 'ਤੇ ਪਾਈਆਂ ਹੀ ਹੋ, ਕੰਜਰਾ ਉਹ ਅਕਲ ਮਤ ਲੈ ਲਾ। ਅੱਛਾ, ਦੂਸਰਾ ਇਸ ਬੰਦੇ ਨੂੰ ਇੰਨੀ ਕੁ ਅਕਲ ਆ, ਕਹਿੰਦਾ ਜੀ ਉਹ ਕਹਿਣਗੇ ਜੀ ਸ਼ਿਵਾ ਦੇ ਜਟਾ ਦੇ ਵਿੱਚੋਂ ਗੰਗਾ ਲੈਣ ਦੀ ਮਹਾਰਾਜ ਨੇ ਵਰਸ਼ਾ ਮਾਰਿਆ ਅਤੇ ਪਾਣੀ ਕੱਢ ਦਿੱਤਾ, ਉੱਥੇ ਝਰਨਾ ਵਗ ਰਿਹਾ। ਹੁਣ ਕੱਲ੍ਹ ਪਰਸੋਂ ਥੋੜ੍ਹੇ ਦਿਨ ਹੋਏ ਆ ਮਹਾਰਾਸ਼ਟਰ ਦੇ ਕਿ ਪਿੰਡ ਦੇ ਵਿੱਚ ਉਹਨਾਂ ਨੇ 1200 ਫੁੱਟ ਡੂੰਘਾ ਬੋਰ ਕੀਤਾ ਅਤੇ 1200 ਫੁੱਟ ਡੂੰਘੇ ਬੋਰ ਦੇ ਵਿੱਚੋਂ ਲਾਵਾ ਨਿਕਲ ਆਇਆ, ਉਸ ਤਰ੍ਹਾਂ ਹੀ ਉਹ ਧਰਤੀ ਸੜਨ ਦੀ ਆ। ਬਿਦਰ ਸਾਹਿਬ ਗੌਰਮੈਂਟ ਨੇ ਲਾਗੇ ਲਾਗੇ ਬੋਰ ਕਰਕੇ ਆਪਣਾ ਜ਼ੋਰ ਲਾ ਲਿਆ, ਲਾਗਿਓਂ ਕਿਤੇ ਪਾਣੀ ਨਹੀਂ ਨਿਕਲਿਆ।
ਤੇ ਝਰਨਾ ਅੱਜ ਵੀ ਵਗ ਰਿਹਾ ਸਾਰਾ ਵਿਧਰ ਸ਼ਹਿਰ ਜਿਹੜਾ ਆ ਉੱਥੋਂ ਪਾਣੀ ਖੜਦਾ। ਅੱਛਾ ਫਿਰ ਕਹਿੰਦਾ ਜੀ ਜਿਹੜਾ ਸ਼ਿਵਾ ਆ ਸ਼ਿਵਜੀ ਆ ਸ਼ਿਵਜੀ ਕਹਿੰਦੇ ਵੀ ਸ਼ਿਵਜੀ ਨੇ ਆਪਣੇ ਜਟਾ ਚੋਂ ਗੰਗਾ ਕੱਢ ਦੀ, ਕੱਢ ਦਿੱਤੀ ਹੋਊਗੀ। ਕੋਈ ਸਿੱਖ ਉਹਦਾ ਵਿਰੋਧ ਤਾਂ ਨਹੀਂ ਕਰਦਾ, ਕੋਈ ਚਿੰਤੂ ਪਰੰਤੂ ਤਾਂ ਨਹੀਂ ਕਰਦਾ, ਪਰ ਇੱਕ ਤੂੰ ਪਹਿਲਾਂ ਸਿੱਖਾਂ ਦੇ ਘਰ ਨਾ ਮੁਰਾਦ ਬਿਮਾਰੀ ਜੰਮੀ ਆ, 5 ਫੁੱਟੀ ਗਦੂਦ ਜਿਹੜੀ ਤੂੰ ਸਿੱਖਾਂ ਦੇ ਇਤਿਹਾਸ ਦੇ ਉੱਤੇ ਚਿੰਤੂ ਪਰੰਤੂ ਕਦੇ ਕਿਸੇ ਹਿੰਦੂ ਨੇ ਆਣ ਕੇ ਕਿਹਾ ਤੁਹਾਡੇ ਬਾਬੇ ਨੇ ਝਰਨਾ ਕਿਤਨਾ ਕੱਢ ਦਿੱਤਾ, ਹਾਂਜੀ, ਤੇ ਜਾਂ ਤੁਹਾਡੇ ਬਾਬੇ ਨੇ ਹੱਥ ਲਾ ਕੇ ਪੱਥਰ ਕਿਤਨਾ ਡੱਕ ਦਿੱਤਾ। ਪਹਿਲੀ ਗੱਲ ਤੇ ਇਹ ਆ ਜਿਹੜਾ ਪੱਥਰ ਸੁੱਟਣ ਵਾਲਾ ਸੀ ਉਹਦੇ ਨਾਂ ਦੇ ਅੱਗੇ ਵੀ ਬਲੀ ਲੱਗਦਾ ਈ, ਉਹ ਕੰਜਰਾ ਕੰਜਰ ਪੁੱਤਰ ਕਿਤੇ ਕਿਤੇ ਵੇਖ ਲਿਆ ਕਰ, ਕਿਤੇ ਸੁਣ ਲਿਆ ਕਰ, ਕੁਛ ਅਕਲ ਦੇ ਖਾਨੇ ਚ ਪਾ ਲਿਆ ਕਰ ਵੀ ਕੰਜਰਾ ਉਹਦੇ ਨਾਂ ਦੇ ਅੱਗੇ ਵੀ ਬਲੀ ਕੰਧਾਰੀ ਲੱਗਦਾ ਸੀ ਤੇ ਉਹ ਬਲੀ ਸੀਗਾ ਜਿਹਨੇ ਪੱਥਰ ਸੁੱਟਿਆ ਉੱਥੋਂ। ਉਹ ਮਨੁੱਖਤਾ ਦੀ ਭਲਾਈ ਲਈ ਉਹ ਸਾਰੇ ਮਹਾਰਾਜ ਨੇ ਕੌਤਕ ਕੀਤੇ ਆ ਵੀ ਉਹ ਪਾਣੀ ਥੱਲੇ ਕਿਸੇ ਨੂੰ ਲੈਣ ਨਹੀਂ ਦਿੰਦਾ, ਲੋਕ ਥੱਲੇ ਮੈਂ ਵੱਸਦੇ ਸੀ, ਡਰਦੇ ਮਹਾਰਾਜ ਉਹਦੇ ਕੋਲ ਕੋਈ ਜਾਂਦਾ ਨਹੀਂ ਸੀ ਤੇ ਉਹਦੇ ਕੋਲ ਗਿਆ ਤਾਂ ਉਹਨੇ ਪਤਾ ਨਹੀਂ ਕੀ ਕਰ ਦੇਣਾ ਹੈਂ। ਪਰ ਅੱਜ ਵੀ ਜਿਹੜੇ ਪਾਕਿਸਤਾਨ ਦੇ ਮੁਸਲਮਾਨ ਭਰਾ ਆ ਉਹ ਸਵੇਰੇ ਉੱਠ ਕੇ ਇਹੋ ਗੱਲ ਕਹਿੰਦੇ ਆ ਵੀ ਗੁਰੂ ਨਾਨਕ ਬਾਬਾ ਫਜ਼ਲ ਕਰੀ ਮਿਹਰ ਕਰੀ, ਤੇ ਇਹ ਇੱਕ ਕੰਜਰ ਪੁੱਤਰ ਦੇ ਉੱਤੇ ਮਿਹਰ ਕੀਤੀ ਕੀਤੀ ਇਹ ਕਿੱਧਰ ਨੂੰ ਤੁਰਿਆ ਨਾਸਤਕ ਪੁਣੇ ਵੱਲ ਨੂੰ, ਤੂੰ ਨਹੀਂ ਮੰਨਣਾ ਤੈਨੂੰ ਜ ਸ਼ਿਵਜੀ ਦੇ ਜਟਾ ਦੇ ਵਿੱਚੋਂ ਗੰਗਾ ਆਉਂਦੀ ਨਹੀਂ ਚੰਗੀ ਲੱਗਦੀ ਨਾ ਲੱਗੇ, ਪਰ ਅਸੀਂ ਉਹਦਾ ਵਿਰੋਧ ਕਿਉਂ ਕਰੀਏ, ਅਸੀਂ ਉਹਨੂੰ ਕਿਉਂ ਕਹੀਏ ਹੈਂ। ਅੱਛਾ ਇਸ ਤੋਂ ਅੱਗੇ ਫਿਰ ਭਗਤ ਫਰੀਦ ਜੀ ਦੇ ਸਲੋਕਾਂ ਦੇ ਵਿੱਚ ਆਉਂਦਾ ਭੰਨੀ ਘੜੀ ਸਵੰਨਵੀਂ ਟੁੱਟੀ ਨਾਗਰ ਲੱਚ, ਉਹ ਜਿਹੜਾ ਸਲੋਕ ਆ ਉਹ ਕਿਹਦੇ ਪ੍ਰਥਾਏ ਆ ਜਿਹੜਾ ਪੜ੍ਹ ਹਾਂ ਪੜ੍ਹ ਤੈਨੂੰ ਕੋਈ ਸ਼ਕਲ ਆਵੇ ਵੀ ਉਹ ਆ। ਅੱਛਾ ਫਿਰ ਤੂੰ ਕਹਿੰਦਾ ਜੀ ਕਰਾਮਾਤ, ਹੁਣ ਕਰਾਮਾਤ ਮਹਾਰਾਜ ਰੋਜ਼ ਵਿਖਾਲਦੇ ਆ, ਰੋਜ਼ ਕਰਾਮਾਤ ਹਰਿਮੰਦਰ ਸਾਹਿਬ ਹੁੰਦੀ ਆ ਸਾਰਿਆਂ ਨੂੰ ਵੱਡੀ ਕਰਾਮਾਤ, ਤੇਰੀ ਜਿਹੜੀ ਗੱਡੀ ਰਿਮਾਂ 'ਤੇ ਭੱਜੀ, ਰਿਮਾਂ 'ਤੇ ਕਦੀ ਗੱਡੀਆਂ ਭੱਜਦੀਆਂ ਵੇਖੀਆਂ, ਅਲਮੋਨੀਅਮ ਦੇ ਰਿਮ ਹੁੰਦੇ ਆ ਰਿਮ 'ਤੇ ਖੁਰ ਜਾਂਦੇ ਆ, ਪਰ ਤੇਰੀ ਗੱਡੀ ਭੱਜੀ ਕਿ ਨਹੀਂ ਭੱਜੀ। ਫਿਰ ਹੋਰ ਵੀ ਬੜਾ ਕੁਛ ਹੋਇਆ ਜੀ ਉੱਥੇ, ਇਕੱਲੀ ਗੱਡੀ ਨਹੀਂ ਭੱਜੀ ਰਿਮਾਂ ਦੇ ਉੱਤੇ, ਇਹਦੇ ਨਾਲੋਂ ਵੱਡੀ ਕਰਾਮਾਤ ਹੋਰ ਕੀ ਹੋ ਸਕਦੀ ਆ। ਅੱਛਾ ਫਿਰ ਕਹਿੰਦਾ ਜੀ ਸਾਨੂੰ ਕੋਈ ਆਣ ਕੇ ਪੁੱਛੇ ਗੋਰਾ, ਪਹਿਲੀ ਗੱਲ ਤੇ ਗੋਰਾ ਤੇਰੇ ਕੋਲ ਆਵੇ ਕਿਉਂ, ਤੇਰੇ ਕੋਲ ਹੈ ਕੀ ਆ, ਪਰਮੇਸ਼ਰ ਦੁਆਰ ਤੂੰ ਲਈ ਫਿਰਦਾ ਹਾਂ ਉਹਦਾ ਇਤਿਹਾਸ ਕੀ ਆ। ਇਹ ਬਾਂਦਰਾ ਇਸ ਤਰ੍ਹਾਂ ਦੇ ਹੀ ਬਾਂਦਰ ਉਦੋਂ ਆਏ ਸੀ ਜਦੋਂ ਉਹ ਰਾਣੀ ਆਈ ਸੀ ਨਾ ਇੰਗਲੈਂਡ ਵਾਲੀ ਕੁਵੀਨ ਐਲਜ਼ਾਬੈਥ, ਉਦੋਂ ਉਹ ਬਾਂਦਰ ਆਏ ਸੀਗੇ, ਉਹ ਆਏ ਸੀ ਦਰਬਾਰ ਸਾਹਿਬ ਦਰਸ਼ਨ ਮੇਲੇ ਕਰਨ ਨੂੰ ਜਾਂ ਵੇਖਣ ਆਈ ਹੋਊਗੀ, ਸਮਝ ਲਓ ਦਰਸ਼ਨ ਮੇਲੇ ਕਰਨ ਨੂੰ ਵੀ ਨਾ ਵੇਖਣ ਆਈ ਹੋਊਗੀ ਵੀ ਕੀ ਕਰਾਮਾ ਤੇ ਇੱਥੇ ਵਰਤਦੀ ਆਣ ਕੇ ਬਹਿੰਦੇ ਹਾਂ। ਉਹ ਬਾਂਦਰ ਆਣ ਕੇ ਉਹਨੂੰ ਕਹਿੰਦੇ ਜੀ ਦੁਰਗਿਆਨਾ ਮੰਦਿਰ ਚੱਲੀਏ, ਅਤੇ ਉਹ ਗਾੜੀਓ ਜਿਹੜੀ ਕੁਵੀਨ ਐਲਜ਼ਾਬੈਥ ਕਹਿੰਦੀ ਵੀ ਦੁਰਗਿਆਨਾ ਮੰਦਿਰ ਦਾ ਇਤਿਹਾਸ ਦੱਸੋ, ਹੁਣ ਦੁਰਗਿਆਨਾ ਮੰਦਿਰ ਦਾ ਇਤਿਹਾਸ ਹੋਊਗਾ ਤਾਂ ਦੱਸਣਗੇ, ਪਰਮੇਸ਼ੁਰ ਦੁਆਰ ਦਾ ਇਤਿਹਾਸ ਹੋਊਗਾ ਤਾਂ ਦੱਸੇਗਾ, ਜਾਂ ਪਰਮੇਸ਼ੁਰ ਦੁਆਰ ਦਾ ਕੀ ਇਤਿਹਾਸ ਦੱਸੇਗਾ ਵੀ ਇੱਥੇ ਇੱਕ ਗੇ ਬਾਬਾ ਜੰਮਿਆ ਸੀ ਹੈਂ। ਆ ਮੇਰੇ ਨਾਲ ਹੀ ਆ ਇੱਕ ਮੇਰਾ ਬਚਪਨ ਦਾ ਫਰੈਂਡ ਆ, ਇਹ ਰਾਜ ਨਥਾਨੀ ਇਹਦਾ ਨਾਂ ਆ, ਇਹ ਬੰਬੇ ਦੇ ਵਿੱਚ ਅਸੀਂ ਇਕੱਠੇ ਪੜ੍ਹਦੇ ਰਹੇ ਹਾਂ।
ਇਹਨਾਂ ਦਾ ਪਰਿਵਾਰ ਜਿੰਨੀ ਸ਼ਰਧਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉੱਤੇ ਰੱਖਦਾ ਆ, ਹੈਂ ਇੰਨੀ ਮਤਲਬ ਅਸੀਂ ਬਿਆਨ ਨਹੀਂ ਕਰ ਸਕਦੇ। ਮੈਂ ਇਹ ਨਹੀਂ ਕਹਿੰਦਾ ਵੀ ਸਿੱਖ ਨਹੀਂ ਰੱਖਦੇ ਹੋਣਗੇ, ਪਰ ਅਸੀਂ ਬਿਆਨ ਨਹੀਂ ਕਰ ਸਕਦੇ ਜਿੰਨੀ ਇਹਨਾਂ ਦਾ ਪਰਿਵਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉੱਤੇ ਸ਼ਰਧਾ ਰੱਖਦਾ। ਜਦੋਂ ਕਿਸੇ ਨੇ ਆਣ ਕੇ ਪੁੱਛਿਆ ਹੀ ਨਹੀਂ ਵੀ ਪੱਥਰ ਕਿੰਨੇ ਡੱਕਿਆ ਤੇ ਕਿਉਂ ਡੱਕਿਆ, ਤੇ ਤੂੰ ਤੀਜੇ ਥਾਂ ਤੇ ਆਣ ਕੇ ਕੰਜਰ ਦਿਆ ਪੁੱਤਰਾ ਤੂੰ ਕਿਉਂ ਕਹਿੰਦਾ ਵੀ ਸਾਨੂੰ ਆਣ ਕੇ ਗੋਰਾ ਪੁੱਛੂਗਾ, ਸਾਨੂੰ ਆਣ ਕੇ ਕੋਈ ਹਿੰਦੂ ਪੁੱਛੂਗਾ, ਸਾਨੂੰ ਆਣ ਕੇ ਕੋਈ ਮੁਸਲਮਾਨ ਪੁੱਛੂਗਾ, ਉਹ ਕਿਉਂ ਪੁੱਛਣਗੇ ਤੈਨੂੰ, ਉਹਨਾਂ ਕੋਲ ਵਿਹਲ ਹੈਗਾ ਇਸ ਗੱਲ ਦਾ? ਪਹਿਲੀ ਗੱਲ ਤੇ ਧਾਰਮਿਕ, ਮੈਂ ਤੈਨੂੰ ਪਹਿਲਾਂ ਵੀ ਕਿਹਾ ਧਾਰਮਿਕ ਦੁਨੀਆਂ ਦੇ ਵਿੱਚ ਕੀ ਕੁਛ ਹੁੰਦਾ ਆ, ਇਹ ਤੈਨੂੰ ਛੱਡ ਤੇਰੀਆਂ ਸੱਤ ਪੁਸਤਾਂ ਨੂੰ ਨਹੀਂ ਪਤਾ, ਪਿਓ ਤੇ ਤੇਰਾ ਲਾਹਣ ਪੀਣਾ ਹੈਗਾ, ਹੈਂ ਉਹਨੂੰ ਲਾਹਣ ਪੀਣ ਤੋਂ ਬਗੈਰ ਕੰਮ ਕੀ ਸੀ? ਅਤੇ ਧਾਰਮਿਕ ਖਿਆਲਾਂ ਦਾ ਉਹ ਕਿਤੇ ਕੋਈ ਪਿਛਲੀ ਭਗਤੀ ਹੋਊਗੀ ਜਿਹਦੇ ਕਾਰਨ ਤੂੰ ਇੱਧਰ ਨੂੰ ਤੁਰ ਪਿਆ, ਅਤੇ ਪੈਸੇ ਇਕੱਠੇ ਕਰਨ ਤੋਂ ਇਲਾਵਾ ਤੇਰਾ ਕੋਈ ਧਰਮ ਨਹੀਂ ਆ। ਅਤੇ ਇਹ ਬਾਹਰਲੇ ਮੁਲਕਾਂ ਵਾਲਿਆਂ ਨੂੰ ਵੀ ਅਸੀਂ ਕਹਾਂਗੇ, ਇਹਨਾਂ ਦੇ ਅੱਗੇ ਵੀ ਹੱਥ ਜੋੜਦੇ ਹਾਂ, ਉਹ ਭਰਾ ਵੀ ਸਿੱਖੀ ਦਾ ਕੋਈ ਸਿੱਖੀ ਦਾ ਤੁਸੀਂ ਚੰਗਾ ਉਪਰਾਲਾ ਕਰਨਾ ਤਾਂ ਕਰ ਲਓ, ਨਹੀਂ ਤਾਂ ਜਿਹੜਾ ਤੁਹਾਨੂੰ ਚਾਰਕ ਕੰਨ ਰਸ ਸੁਣਾਉਂਦਾ ਆ ਤੁਸੀਂ ਉਹਨਾਂ ਨੂੰ ਇਸ ਤਰ੍ਹਾਂ ਉਹਨਾਂ ਦੇ ਘਰ ਭਰਦੇ ਆ। ਦੋ ਤਿੰਨ ਕਥਾਵਾਚਕ ਆ ਜਿਹੜੇ ਹੈਗੇ ਆ ਪ੍ਰਚਾਰਕ, ਇਹ ਇਹਨਾਂ ਦੇ ਪੱਲੇ ਕੱਖ ਵੀ ਨਹੀਂ ਸੀ। ਕੋਈ ਇੱਥੇ ਟਰੱਕ ਚਲਾਉਂਦਾ ਆ, ਕੋਈ ਆਪਣੀਆਂ ਦਿਹਾੜੀਆਂ ਕਰਦਾ ਆ, ਕੋਈ ਕੁਛ ਕਰਦਾ, ਕੋਈ ਕੁਛ ਕਰਦਾ, ਸਾਰੇ ਆਪਣਾ ਆਪਣੇ ਨਿਆਣੇ ਪਾਲਦੇ ਆ। ਅਤੇ ਅੱਜ ਵੀ ਇਹਨਾਂ ਕੋਲ ਕੱਖ ਨਹੀਂ ਆ, ਕੋਈ ਦਸ ਦਸ ਸਾਲ ਹੋ ਗਿਆ ਅਮਰੀਕਾ 'ਚ ਰਹਿ ਰਿਹਾ, ਕੋਈ ਪੰਦਰਾਂ ਸਾਲ ਹੋ ਗਿਆ ਅਮਰੀਕਾ 'ਚ ਰਹਿ ਰਿਹਾ, ਪਰ ਇਹ ਜਿਹੜੇ ਕਥਾਵਾਚਕ ਆ ਇਹ ਤਿੰਨਾਂ ਚਵਾਂ ਪੰਜਾਂ ਸਾਲਾਂ ਦੇ ਵਿੱਚ ਕਿਸੇ ਕੋਲ 26 ਕਿੱਲੇ ਪੈਲੀ ਆ, ਕਿਸੇ ਕੋਲ 70 ਕਿੱਲੇ ਪੈਲੀ ਆ, ਕਿਸੇ ਦੀ 5 ਕਰੋੜ ਦੀ ਕੋਠੀ ਆ, ਕਿਸੇ ਦਾ ਕੁਛ ਆ, ਕਿਸੇ ਦਾ ਕੁਛ ਆ। ਹਾਂਜੀ, ਜੇ ਕਰਨਾ ਆ ਤੁਸੀਂ ਕੌਮ ਨੂੰ ਕਿਸੇ ਚੜ੍ਹਦੀ ਕਲਾ ਵਾਲੇ ਬੰਨੇ ਲੈ ਕੇ ਜਾਣਾ ਆ। ਮੈਂ ਪਹਿਲਾਂ ਵੀ ਦੱਸਿਆ ਸੀ ਵੀ ਜਿੰਨੇ ਕੁ ਤੁਸੀਂ ਮੈਨੂੰ ਗਾਲਾਂ ਕੱਢਦੇ ਆ ਜਾਂ ਮੈਨੂੰ ਗਲਤ ਬੋਲਦੇ ਆ ਨਾ, ਤੁਹਾਡੀ ਕਿਸੇ ਦੀ ਔਕਾਤ ਨਹੀਂ ਆ, ਤੁਸੀਂ ਜਾ ਕੇ ਬੰਬੇ ਘਰ ਲੈ ਲਓ ਅੱਜ ਦੇ ਟਾਈਮ ਦੇ ਵਿੱਚ। ਅਤੇ ਸਾਡੇ ਵੱਡਿਆਂ ਨੇ ਉੱਥੇ ਭਾਵੇਂ ਉਹ ਫੁੱਟਪਾਰੀਆਂ 'ਤੇ ਸੁੱਤੇ ਸੀ, ਜੋ ਮਰਜ਼ੀ ਕੀਤੇ ਉਹਨਾਂ ਨੇ ਆਪਣੇ ਘਰ ਬਣਾਏ, ਅਤੇ ਘਰ ਬਣਾ ਕੇ ਪਲੱਸ ਉਹਨਾਂ ਨੇ ਗੁਰੂ ਗੁਰਦੁਆਰੇ 'ਤੇ ਜਿੱਥੇ ਬਣਾਏ ਬਣਾਏ ਬੜੇ ਸ਼ਾਨਦਾਰ ਗੁਰਦੁਆਰੇ ਬਣਾਏ, ਆਪਣੇ ਹਾਲ ਬਣਾਏ, ਪਲੱਸ ਉਹਨਾਂ ਨੇ ਸਕੂਲ ਬਣਾਏ, 10ਵੀਂ ਤੱਕ ਹਰ ਜਿੱਥੇ 20-25 ਘਰ ਸਿੱਖਾਂ ਦੇ ਰਹਿੰਦੇ ਆ ਉੱਥੇ ਇੱਕ ਸਕੂਲ ਆ ਸਿੱਖਾਂ ਦਾ, ਗੁਰੂ ਨਾਨਕ ਇੰਗਲਿਸ਼ ਮੀਡੀਅਮ ਹਾਈ ਸਕੂਲ। ਅਤੇ ਤੁਹਾਡੇ ਕੋਲ ਕੀ ਆ ਇੱਥੇ, ਤੁਸੀਂ ਦੱਸੋ ਹੈਗਾ ਕੋਈ ਸਕੂਲ? ਆ ਇੱਕ ਸਰੀ ਦੇ ਵਿੱਚ ਆ, ਇੱਕ ਸਰੀ ਜਿਹਾ ਇੱਕ ਅੱਧਾ ਕਿਤੇ ਮੇਰੇ ਅਮੈਰੀਕਾ 'ਚ ਹੋਊਗਾ, ਮੈਨੂੰ ਨਹੀਂ ਲੱਗਦਾ ਬਾਕੀ ਹੋਰ ਕਿਤੇ ਕੋਈ ਸਕੂਲ ਹੈਗਾ। ਹਾਂ, ਗੁਰਦੁਆਰੇ ਵੇਖ ਲਓ, ਹਰ ਤੀਜੀ ਨੁੱਕਰ ਦੇ ਉੱਤੇ ਗੁਰਦੁਆਰਾ ਆ, ਅਤੇ ਗੁਰਦੁਆਰਾ ਆ। ਹਾਂਜੀ ਹਾਂਜੀ, ਚੜ੍ਹਦੀ ਕਲਾ ਬਾਬਾ ਜੀ, ਅਤੇ ਗੁਰਦੁਆਰਾ ਹਰ ਤੀਜੀ ਨੁੱਕਰ 'ਤੇ ਆ, ਅਤੇ ਗੁਰਦੁਆਰੇ ਰੱਖੇ ਹੀ ਇਹਨਾਂ ਨੇ ਲੜਾਈਆਂ ਲਈ ਆ, ਪ੍ਰਚਾਰ ਲਈ ਇਹਨਾਂ ਨੇ ਵੀ ਨਹੀਂ ਰੱਖੇ। ਜੇ ਇੱਕ ਪ੍ਰਚਾਰਕ ਦਮਦਮੀ ਟਕਸਾਲ ਨੂੰ ਸੱਦਾ ਆ, ਚਾਰ ਉਹਨੂੰ ਚੰਗਿਆ ਨਹੀਂ ਮੰਨਦੇ, ਉਹ ਦੂਜੀ ਆ ਨਾ ਉਹ ਢੰਡਰੀ ਵਾਲੇ ਨੂੰ ਸੱਦ ਲੈਂਦਾ, ਮੁੜ ਕੇ ਉਹ ਉੱਥੇ ਚੜ੍ਹ ਕੇ ਉਹ ਕੁੱਤੇ ਵਰਗੂੰ ਟਾਊ 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 ਕਰਦਾ। ਅਤੇ ਇੱਥੋਂ ਤੱਕ ਇੱਕ ਟਕਸਾਲ ਦੇ ਗੁਰੂ ਘਰ ਦਾ ਇੱਥੋਂ ਤੱਕ ਮੈਂ ਸੁਣਿਆ ਸੀ, ਉਹ ਕਹਿੰਦਾ ਸੀ, ਕਹਿੰਦਾ ਮੈਂ ਕਿਹਾ ਉਹ ਇਹਨੂੰ ਸੱਦਣ ਡੇ ਜੇ ਕੰਜਰ ਨੂੰ, ਕਹਿੰਦੇ ਗੋਲ ਕਦੇ ਭਰਦੀ ਆ ਨਾ। ਹੋਰ ਦੱਸੋ ਤੁਸੀਂ ਨਾ, ਉਹਨਾਂ ਨੇ ਬਿੱਲ ਬੋਰਡ ਜਿਹੜਾ ਆਪਣਾ ਆ
ਬੋਰਡ ਜਿਹੜਾ ਉਹਨਾਂ ਨੇ ਉੱਤੇ ਦਮਦਮੀ ਟਕਸਾਲ ਲਾਇਆ ਤੇ ਜੇ ਗੋਲਕਾਂ ਹੀ ਭਰਨੀਆਂ ਵਾ ਫਿਰ ਪੈਸੇ ਕਮਾਉਣ ਨੂੰ ਤੇ ਹੋਰ ਵੀ ਕਾਰੋਬਾਰ ਬੜੇ ਆ ਜੇ ਅਸੀਂ ਕਹਿ ਦਈਏ ਤੇ ਫਿਰ ਸਾਰਿਆਂ ਨੂੰ ਮਿਰਚਾਂ ਲੱਗਣੀਆਂ ਜੇ ਪੈਸੇ ਹੀ ਕਮਾਉਣੇ ਆ ਕੱਲ ਨੂੰ ਸਿੱਖ ਵੇਸਵਾ ਆਪਣਾ ਕਰਨਗੇ ਪੈਸਾ ਹੀ ਕਮਾਉਣਾ ਇਹਦੇ ਸੋ ਕੋਈ ਸ਼ਰਮ ਕਰੇ ਇਹ ਵੀ ਇਹ ਜਿਹੜਾ ਡਿਸਕੋ ਬਾਬਾ ਜੀ ਆ ਇਹ ਵੀ ਸ਼ਰਮ ਕਰੇ ਤੇ ਕੁਛ ਜਿਹੜੇ ਇਹਨੂੰ ਮਗਰ ਪੰਪ ਦੇਣ ਵਾਲੇ ਉਹ ਵੀ ਸ਼ਰਮ ਕਰਨ ਹਾਂਜੀ ਟੈਂਪੂ ਬਾਬਾ ਜੀ ਕੋ ਸਵਾਰ ਸਕਦੇ ਸਿੱਖੀ ਦਾ ਸਵਾਰੋ ਨਹੀਂ ਤੇ ਐਵੇਂ ਨਾ ਵਿੱਚ ਲਿਆ ਕੇ ਲੱਤਾਂ ਅੜਾਈ ਜਾਓ ਜੀ ਉੱਥੇ ਪੱਥਰ ਮਹਾਰਾਜ ਨੇ ਕਿਵੇਂ ਡੱਕ ਲਿਆ ਇਹ ਤੇ ਜੀ ਸਭ ਕਾਰਾਂ ਮਾਤਾਂ ਝੂਠੀਆਂ ਵਾ ਗੱਲਾਂ 12 ਮੀਲ ਮੱਕਾ ਚੱਲ ਕੇ ਆ ਸਕਦਾ ਬੀਬੀ ਰਾਵੀਆ ਲਈ 12 ਮੀਲ ਇੱਕ ਕੁੱਤੀ ਨੂੰ ਪਾਣੀ ਪਿਆਉਣ ਬਦਲੇ ਮੁਸਲਮਾਨ ਕਦੀ ਚਿੰਤੂ ਪਰੰਤੂ ਨਹੀਂ ਕਰਦੇ ਕਦੀ ਸੁਣਿਆ ਕਿਸੇ ਮੁਸਲਮਾਨ ਭਰਾ ਦੇ ਮੂੰਹੋਂ ਕਿ ਬੀਬੀ ਰਾਵੀਆ ਦੀ ਉਹ ਜਿਹੜੀ ਕਰਾਮਾਤ ਸਾਰੀ ਝੂਠੀ ਆ ਹੈਂ ਮੁਸਲਮਾਨ ਜਿਹੜੇ ਪਾਕਿਸਤਾਨ ਦੇ ਰਹਿਣ ਵਾਲੇ ਆ ਉਹ ਗੁਰੂ ਨਾਨਕ ਪਾਤਸ਼ਾਹ ਦੀ ਕਰਾਮਾਤਾਂ ਨੂੰ ਕਹਿੰਦੇ ਆ ਵੀ ਠੀਕ ਆ ਚੜ੍ਹਦੀ ਕਲਾ ਪਰ ਜਿਹੜੇ ਸਾਡੇ ਵਾਲੇ ਆ ਉਹ ਕਹਿੰਦੇ ਨਹੀਂ ਜੀ ਕਰਾਮਾਤ ਹੋ ਹੀ ਨਹੀਂ ਸਕਦੀ ਹੈ ਪਰ ਅਸੀਂ ਬੋਲਣਾ ਆਪਣੇ ਗੁਰੂਆਂ ਦੇ ਖਿਲਾਫ ਆ ਅਸੀਂ ਬੋਲਣਾ ਸਾਡੇ ਗੁਰੂਆਂ ਦੇ ਜੋ ਸਾਨੂੰ ਦੱਸਿਆ ਉਹਦੇ ਖਿਲਾਫ ਚੱਲਣਾ ਸੀ ਇਹਦੇ ਨਾਲੋਂ ਵੱਡੀ ਗੱਲ ਹੋਰ ਕਿਹੜੀ ਹੋ ਸਕਦੀ ਹੈ ਕੁਛ ਸ਼ਰਮ ਕਰੋ ਕੁਛ ਮੱਥੇ ਨੂੰ ਹੱਥ ਮਾਰੋ ਇੱਕ ਨਹੀਂ ਕਈ ਧਰਮਾਂ ਦੀਆਂ ਤੁਹਾਨੂੰ ਉਦਾਹਰਨਾਂ ਦੱਸਦੀਆਂ ਵਾ ਸਿੱਖ ਧਰਮ ਦੇ ਵਿੱਚੋਂ ਹੀ ਤੁਹਾਨੂੰ ਉਹ ਦੋਬੜੀ ਘਾਟ ਜਿਹੜਾ ਗੁਰੂ ਘਰ ਆ ਉੱਥੇ ਦੇ ਜਿਹੜੇ ਸਿੱਖ ਰਹਿੰਦੇ ਆ ਜਿਹੜੇ ਉੱਥੇ ਦੇ ਹਿੰਦੂ ਭਰਾ ਰਹਿੰਦੇ ਆ ਉਹਨਾਂ ਨੂੰ ਪੁੱਛ ਲਓ ਵੀ ਉਹ ਸਿਲਾ ਜਿਹੜੀਆਂ ਸੁੱਟੀਆਂ ਸੀ ਉਹ ਜਾਦੂਗਰਨੀਆਂ ਨੇ ਉਹ ਕਿੱਡੀਆਂ ਤਕੜੀਆਂ ਤਕੜੀਆਂ ਖਾਸ ਕਰਕੇ ਤੇਰੇ ਕਦ ਨਾਲੋਂ ਤੇ ਵੱਡੀਆਂ ਸੀ ਜੇ ਜਾਦੂਗਰਨੀ ਇੰਨੀ ਕਰਾਮਾਤ ਦੱਸ ਸਕਦੀ ਆ ਸਾਰਿਆਂ ਨੂੰ ਵੱਡੀ ਕਰਾਮਾਤ ਹੋਰ ਤੈਨੂੰ ਦੱਸ ਦਵਾਂ ਕੰਜਰ ਪੁੱਤਰ ਸਾਰਿਆਂ ਨੂੰ ਵੱਡੀ ਕਰਾਮਾਤ ਸੰਤ ਜਰਨੈਲ ਸਿੰਘ ਜੀ 84 ਤੋਂ ਬਾਅਦ ਕਿਸੇ ਨੇ ਨਹੀਂ ਵੇਖੇ ਤੇ ਸਿੱਖਾਂ ਨੇ ਸੰਘਰਸ਼ ਸ਼ੁਰੂ ਕੀਤਾ ਆਪਣਾ ਕਿਰਪਾਨਾਂ ਨਾਲ ਸੰਤਾਲੀਆਂ ਨਾਲ ਨਹੀਂ ਡੈਮੋਕਰੇਸੀ ਦੇ ਪਲੰਦੇ ਹੋ ਕਿਰਪਾਨਾਂ ਨਾਲ ਸ਼ੁਰੂ ਕੀਤਾ ਸੰਘਰਸ਼ ਤੇ ਕਿੱਥੇ ਲੈ ਕੇ ਗਏ ਇੱਕ ਸੋ ਕਾਲਡ ਸੁਪਰ ਪਾਵਰ ਦੇ ਖਿਲਾਫ ਇਹ ਬਾਣੀ ਦੀ ਕਰਾਮਾਤ ਸੀ ਕੋਈ 125 ਪਾਠ ਚੌਪਈ ਸਾਹਿਬ ਦਾ ਕਰਦਾ ਸੀ ਕੋਈ 50 ਪਾਠ ਜਪਜੀ ਸਾਹਿਬ ਦੇ ਕਰਦਾ ਸੀ ਕੋਈ 101 ਪਾਠ ਜਪਜੀ ਸਾਹਿਬ ਦੇ ਕਰਦਾ ਸੀ ਰੋਜ਼ ਦੇ ਤੇ ਤੈਨੂੰ ਤੇ ਮੈਨੂੰ ਲੱਗਦਾ ਤੈਨੂੰ ਜਪਜੀ ਸਾਹਿਬ ਨੀ ਕੰਠ ਹੋਣਾ ਤੂੰ ਕਰੇਗਾ ਕੀ ਤਾਂ ਹੀ ਤੇ ਗੱਡੀ ਰਿਮਾਂ ਤੇ ਭੱਜਦੀ ਆ ਮੱਥੇ ਦੇ ਹੱਥ ਮਾਰੀ ਦਾ ਵੀ ਗੱਲਾਂ ਜਿਹੜੀਆਂ ਵੱਡੀਆਂ ਵੱਡੀਆਂ ਤੇ ਮੁੜ ਕੇ ਗੱਡੀ ਭਜਾਉਣੀ ਰਿਮਾਂ ਦੇ ਉੱਤੇ ਨਵਾਂ ਇਤਿਹਾਸ ਸਾਡਾ ਬੜੀ ਬੜੀ ਬਾਤੇ ਭੀਖ ਮੰਗ ਕੇ ਖਾਤੇ ਇਹ ਤੁਹਾਡਾ ਹਿਸਾਬ ਆ ਕੋਈ ਸ਼ਰਮ ਕਰਾ ਸ਼ਰਮ ਕਰ ਕੋਈ ਇਤਿਹਾਸ ਜਿਹੜੇ ਗੁਰੂਆਂ ਦਾ ਇਤਿਹਾਸ ਦੱਸਦਾ ਜਿਹੜੇ ਯੋਧਿਆਂ ਦਾ ਇਤਿਹਾਸ ਦੱਸਦਾ ਜਦੋਂ ਗੱਡੀ ਰਿਮਾਂ ਤੇ ਭਜਾਉਣੀ ਸ਼ੁਰੂ ਕੀਤੀ ਉਹ ਬਾਕੀ ਜੋ ਕੁਛ ਹੋਇਆ ਉਦੋਂ ਸ਼ਰਮ ਨਾ ਆਈ ਤੈਨੂੰ ਸੋ ਇੰਨੀਆਂ ਕੁ ਗੱਲਾਂ ਕਹਿੰਦੇ ਫਤਿਹ ਦੀ ਸਾਂਝ ਪਾਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।